ਸਾਡੇ ਉਸ ਬਹਾਦਰ ਸ਼ਹੀਦ ਨੂੰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸਾਡੀ ਅਰਦਾਸ ਹੈ ਕਿ ਆਪਣੇ ਚਰਨਾਂ ਦੇ ਵਿੱਚ ਯੋਗ ਅਸਥਾਨ ਬਖਸ਼ਣ। ਸਾਡੇ ਉਸ ਅਮਰ ਸ਼ਹੀਦ ਵੀਰ ਨੂੰ ਸਾਡਾ ਸਾਰਿਆਂ ਦੀ ਸਲਾਮ ਹੈ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਲਗਾਤਾਰ ਮੋਰਚੇ ਦੇ ਉੱਤੇ ਡਟੇ ਹੋਏ ਨੇ, ਲੇਕਿਨ ਇਸ ਦੌਰਾਨ ਗੁਰਦਾਸਪੁਰ ਦੇ ਰਹਿਣ ਵਾਲੇ ਇੱਕ ਕਿਸਾਨ ਦੀ ਸ਼ੰਭੂ ਬਾਰਡਰ ਦੇ ਉੱਤੇ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ। ਪੂਰੇ ਕਿਸਾਨ ਅੰਦੋਲਨ ਦੇ ਵਿੱਚ ਇੱਕ ਸ਼ੋਕ ਦਾ ਲਹਿਰ ਜਿਹੜਾ ਉਹ ਇਸ ਤੋਂ ਬਾਅਦ ਨਜ਼ਰ ਆ ਰਿਹਾ ਹੈ, ਔਰ ਉਹਨਾਂ ਦਾ ਪਾਰਥਿਵ ਸਰੀਰ ਜਿਹੜਾ ਸ਼ੰਭੂ ਬਾਰਡਰ 'ਤੇ ਲਿਆਂਦਾ ਗਿਆ। ਝੰਡਿਆਂ ਦੇ ਨਾਲ ਸਲਾਮੀ ਜਿਹੜੀ ਹੈ ਉਹ ਕਿਸਾਨ ਨੂੰ ਦਿੱਤੀ ਗਈ, ਉਹਨਾਂ ਦੇ ਪਾਰਥਿਵ ਸਰੀਰ ਨੂੰ ਦਿੱਤੀ ਗਈ। ਔਰ ਹੁਣ ਜਾਣਕਾਰੀ ਮਿਲੀ ਹੈ ਕਿ ਗੁਰਦਾਸਪੁਰ ਦੇ ਵਿੱਚ ਕੱਲ੍ਹ ਅੰਤਿਮ ਸੰਸਕਾਰ ਜਿਹੜਾ ਵੈ ਉਹਨਾਂ ਦਾ ਕਰ ਦਿੱਤਾ ਜਾਏਗਾ। ਜਗਜੀਤ ਸਿੰਘ ਡੱਲੇਵਾਲ ਨੇ, ਡੱਲੇਵਾਲ ਸਾਹਿਬ, ਬੜੀ ਅਫਸੋਸ ਦੀ ਗੱਲ ਹੈ ਕਿ ਜਿਸ ਤਰੀਕੇ ਨਾਲ ਇੱਕ ਕਿਸਾਨ ਦੀ ਮੌਤ ਜਿਹੜੀ ਹੈ ਇਸ ਅੰਦੋਲਨ ਦੇ ਵਿੱਚ ਹੋ ਗਈ। ਤੁਸੀਂ ਉਹਨਾਂ ਨੂੰ ਮਿਲੇ ਵੀ ਸੀਗੇ, ਪਹਿਲੇ ਦਿਨ ਤੋਂ ਇੱਥੇ ਡਟੇ ਹੋਏ ਸੀਗੇ, ਸਿਹਤ ਕਿਵੇਂ ਖਰਾਬ ਹੋਈ? ਹਾਰਟ ਅਟੈਕ ਹੀ ਵਜ੍ਹਾ ਸੀਗੀ ਜਾਂ ਫਿਰ ਹੰਝੂ ਗੈਸ ਦੇ ਗੋਲੇ ਤੋਂ ਬਾਅਦ ਜਿਹੜਾ ਧੂੰਆਂ? ਅਸਲ ਜਿਵੇਂ ਦੀ ਉਹਨਾਂ ਦੀ ਏਜ ਸੀ, ਹਾਂਜੀ, ਅਥਰੂ ਗੈਸ ਦੇ ਜਿਹੜੇ ਇਹ ਐਕਸਪਾਇਰੀ ਡੇਟ ਦੇ ਜਿਹੜੇ ਧੂੰਏ ਵਾਲੇ ਗੋਲੇ ਬੰਬ ਛੱਡੇ ਗਏ, ਉਹ ਅਕਸਰ ਮਤਲਬ ਅਜਿਹੀਆਂ ਘਟਨਾਵਾਂ ਦਾ ਕਾਰਨ ਬਣ ਜਾਂਦੇ ਨੇ, ਪਰ ਉਹਨਾਂ ਦੀ ਏਜ ਕਾਫੀ ਸੀ। ਸੈਕਿੰਡ ਗੱਲ ਹੈ ਕਿ ਉਹਦੇ 'ਚੋਂ ਜਿਸ ਤਰੀਕੇ ਦੇ ਨਾਲ ਸਟ੍ਰੈਸ ਸੀ ਇੱਥੇ ਸਾਰੇ ਲੋਕਾਂ ਦੇ ਉੱਤੇ, ਕਿ ਲੋਕ ਸ਼ਾਂਤੀ ਨਾਲ ਬੈਠੇ ਸੀਗੇ, ਉੱਪਰੋਂ ਮਤਲਬ ਗੋਲੇ 'ਤੇ ਗੋਲਾ ਸੁੱਟਿਆ ਜਾ ਰਿਹਾ ਸੀ, ਇਹ ਹਰ ਇੱਕ ਬੰਦਾ ਮਤਲਬ ਉਸ ਗੱਲ ਨੂੰ ਮਹਿਸੂਸ ਕਰ ਰਿਹਾ ਸੀ, ਪਰ ਇਹ ਵੱਡੀ ਉਮਰ ਦੇ ਸੀ, ਵੱਡੀ ਉਮਰ ਦੇ ਹੋਣ ਕਰਕੇ ਇਹਨਾਂ ਨੂੰ ਜ਼ਿਆਦਾ ਮਹਿਸੂਸ ਹੋਇਆ, ਜਿਹਦੇ ਕਰਕੇ ਮਤਲਬ ਅਟੈਕ ਦਾ ਕਾਰਨ ਬਣਿਆ। ਇਹ ਕਿਸਾਨ ਨੇਤਾ ਗੁਰਦਾਸਪੁਰ ਦੇ ਦੱਸੇ ਜਾ ਰਹੇ, ਗਿਆਨ ਸਿੰਘ ਨਾਮ ਦੱਸਿਆ ਜਾ ਰਿਹਾ, ਘਰੇ ਕੌਣ ਕੌਣ ਸੀਗਾ? ਦੇਖੋ, ਇਹਨਾਂ ਦੇ ਭਾਈ ਸਾਹਿਬ ਆਏ ਨੇ ਇੱਥੇ, ਇਹ ਅਨਮੈਰਿਡ ਸੀ, ਇਹਨਾਂ ਦੇ ਬੱਚਾ ਹੈ ਨਹੀਂ ਸੀ ਕੋਈ, ਇਹਨਾਂ ਦਾ ਭਤੀਜਾ ਉਹਨਾਂ ਦੇ ਨਾਲ ਰਿਹਾ, ਨਾਲ ਹੀ ਆਇਆ ਹੋਇਆ ਸੀ ਇੱਥੇ, ਉਹਨਾਂ ਦਾ ਅਸੀਂ ਪਤਾ ਲੱਗਿਆ ਕਿ ਇੱਕ ਬੇਟਾ ਜਿਹੜਾ ਭਤੀਜਾ ਹੈ ਉਹੀ ਉਹਨਾਂ ਦਾ ਮਤਲਬ ਵਾਰਸ ਹੈ। ਪੰਜਾਬ ਪੁਲਿਸ ਵੱਲੋਂ ਵੀ ਕੋਈ ਆਰਥਿਕ ਮਦਦ ਦੀ ਮੰਗ ਕੀਤੀ ਜਾ ਰਹੀ ਹੈ ਤੁਹਾਡੇ ਤੋਂ? ਅਸੀਂ ਪੰਜਾਬ ਪੁਲਿਸ ਤੋਂ ਕਿ ਪੰਜਾਬ ਗਵਰਨਮੈਂਟ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਹੈ ਕਿ ਅਸੀਂ ਦਿੱਲੀ ਦੇ ਮੋਰਚੇ ਦੇ ਜਿਹੜੇ ਸ਼ਹੀਦ ਸੀਗੇ ਉਹਨਾਂ ਦੇ ਪੈਟਰਨ ਦੇ ਉੱਤੇ ਹੀ ਸਾਡੇ ਇਸ ਸ਼ਹੀਦ ਨੂੰ ਵੀ ਅਸੀਂ ਮਤਲਬ ਸਨਮਾਨ ਦੇਵਾਂਗੇ, ਔਰ ਇਹਨਾਂ ਦੀ ਆਰਥਿਕ ਮਦਦ ਪਰਿਵਾਰ ਦੀ, ਔਰ ਇੱਕ ਮੈਂਬਰ ਨੂੰ ਨੌਕਰੀ ਦੇਵਾਂਗੇ। 5 ਲੱਖ ਰੁਪਏ ਜਾਣਕਾਰੀ ਮਿਲ ਰਹੀ ਹੈ, 5 ਲੱਖ? ਦੇਖੋ, 5 ਲੱਖ ਹੀ ਪਿਛਲੇ ਮੋਰਚੇ ਦੇ ਸ਼ਹੀਦਾਂ ਨੂੰ ਦਿੱਤਾ ਗਿਆ ਅਤੇ 5 ਲੱਖ ਹੀ ਇਹਨਾਂ ਨੂੰ ਦਿੱਤਾ ਗਿਆ। ਦੂਸਰਾ ਵੀ ਹੁਣ ਸ਼ੰਭੂ ਬਾਰਡਰ 'ਤੇ ਲਗਾਤਾਰ ਕਿਸਾਨ ਜਿਹੜੇ ਉਹ ਡਟੇ ਹੋਏ, ਐਤਵਾਰ ਮੀਟਿੰਗ ਹੋਣੀ ਹੈ, ਅੱਜ ਗਮਹੀਨ ਮਾਹੌਲ ਜਿਹੜਾ ਉਹ ਅੱਜ ਸਾਰਾ ਦਿਨ ਹੀ ਦੇਖਣ ਨੂੰ ਮਿਲਿਆ, ਹਰ ਕਿਸੇ ਦੀਆਂ ਅੱਖਾਂ ਦੇ ਵਿੱਚ ਹੰਝੂ ਸੀਗਾ। ਔਰ ਇੱਥੇ ਇਸ ਜਗ੍ਹਾ ਦੇ ਉੱਤੇ, ਕਿਉਂਕਿ ਪਹਿਲਾਂ ਰਜਿੰਦਰਾ ਹਸਪਤਾਲ ਲੈ ਗਏ ਸੀਗੇ, ਹੁਣ ਇਸ ਜਗ੍ਹਾ ਦੇ ਉੱਤੇ ਸ਼ਰਧਾਂਜਲੀ ਜਿਹੜੀ ਦਿੱਤੀ ਗਈ, ਹਰ ਕਿਸੇ ਦੀਆਂ ਅੱਖਾਂ ਜਿਹੜੀਆਂ ਨਮ ਹੋਈਆਂ ਨੇ। ਦੇਖੋ, ਮੋਰਚੇ ਦਾ ਦੇ ਵਿੱਚੋਂ ਕਿਸੇ ਬੰਦੇ ਦਾ ਚਲੇ ਜਾਣਾ ਇਸ ਤਰ੍ਹਾਂ ਮੋਰਚਿਆਂ ਨੂੰ ਬਹੁਤ ਵੱਡੀ ਸੱਟ ਵੱਜਦੀ ਹੈ, ਇਹੋ ਜਿਹੇ ਸਮਰਪਿਤ ਵਿਅਕਤੀ ਬਹੁਤ ਥੋੜ੍ਹੇ ਹੁੰਦੇ ਨੇ, ਔਰ ਇਹੋ ਜਿਹਾ ਸਮਰਪਿਤ ਵਿਅਕਤੀ ਜਦੋਂ ਦੁਨੀਆਂ ਤੋਂ ਜਾਂਦਾ ਹੈ
ਉਹ ਇੱਕ ਬਹੁਤ ਵੱਡਾ ਮਤਲਬ ਘਾਟਾ ਪੈਂਦਾ ਹੈ ਕੌਮ ਨੂੰ। ਤੇ ਬਾਕੀ ਪਰਮਾਤਮਾ ਦਾ ਜਿਹੜਾ ਹੁਕਮ ਹੈ ਉਹ ਮੰਨਣਯੋਗ ਹੈ, ਮੰਨਣਾ ਪੈਣਾ ਹੈ। ਤੇ ਉਹਦੇ ਭਾਣੇ 'ਚ ਰਹਿੰਦੇ ਹੋਏ ਅਸੀਂ ਸਾਰਿਆਂ ਨੇ ਅੱਜ ਵਾਹਿਗੁਰੂ ਦਾ ਜਾਪ ਕਰਕੇ, ਉਸ ਪ੍ਰਭੂ ਦੇ ਨਾਮ ਦਾ ਸਿਮਰਨ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ। ਬਹੁਤ ਸਾਰੇ ਲੋਕ ਹੰਝੂ ਗੈਸ ਦੇ ਗੋਲੇ ਦੀ ਵਜ੍ਹਾ ਕਰਕੇ ਫੱਟੜ ਵੀ ਹੋਏ, ਤੁਸੀਂ ਮੰਤਰੀਆਂ ਦੇ ਸਾਹਮਣੇ ਵੀ ਮੁੱਦਾ ਚੁੱਕਿਆ, ਕਿੰਨੇ ਲੋਕ ਫੱਟੜ ਹੋਏ ਨੇ, ਕਿੰਨੇ ਲੋਕ ਸੀਰੀਅਸ ਨੇ, ਕਈਆਂ ਦੀ ਅੱਖ ਦਾ ਵੀ ਨੁਕਸਾਨ ਜਿਹੜਾ ਵਾ ਉਹ ਹੋਇਆ? ਦੇਖੋ ਜੇ ਮਤਲਬ ਫੱਟੜਾਂ ਦੀ ਗੱਲ ਕਰੀਏ, ਫੱਟੜ ਤਾਂ ਮੈਨੂੰ ਲੱਗਦਾ 400 ਦੇ ਕਰੀਬ ਕਿਸਾਨ ਫੱਟੜ ਹੋਇਆ, ਲੇਕਿਨ ਜਿਹੜੇ ਸੀਰੀਅਸ ਨੇ ਉਹ 90 ਦੇ ਕਰੀਬ ਸੀਰੀਅਸ ਦੀ ਨਜ਼ਰ ਆ ਰਹੇ ਨੇ ਦੋਨਾਂ ਬੋਰਡਰਾਂ ਦੇ ਉੱਤੇ। ਔਰ ਜਿਹੜੀ ਤੁਸੀਂ ਗੱਲ ਕੀਤੀ ਅੱਖ ਦੇ ਦੀ, ਉਹ ਤਾਂ ਮੈਂ ਸਮਝੂੰਗਾ ਕਿ ਬਹੁਤ ਵੱਡਾ ਨੁਕਸਾਨ ਹੋ ਗਿਆ ਉਸ ਬੱਚੇ ਦਾ। ਤਾਂ ਇਹੀ ਨਹੀਂਗਾ ਕਿ ਹੋਰ ਵੀ ਬਹੁਤ ਸਾਰੇ ਨੇ, ਕਿਸੇ ਦੀ ਲੱਤ ਦੇ ਉੱਤੇ ਬਹੁਤ ਵੱਡਾ ਸੱਟ ਹੈ, ਕਈਆਂ ਦੀਆਂ ਲੱਤਾਂ ਟੁੱਟੀਆਂ ਨੇ। ਤੋ ਸਾਡੀ ਸਰਕਾਰ ਦੇ ਕੋਲ ਇਹ ਵੀ ਦਰਖਾਸਤ ਹੈ ਕਿ ਜਿਹੜੇ ਸਾਡੇ ਇਸ ਤਰ੍ਹਾਂ ਅੱਜ ਅਪਾਹਜ ਹੋ ਰਹੇ ਨੇ ਸਾਡੇ ਕਿਸਾਨ, ਸਰਕਾਰਾਂ ਨੂੰ ਇਹਨਾਂ ਦੀ ਖਾਤਰ ਮਤਲਬ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਦੇ ਕੇ, ਠੀਕ ਹੈ, ਜਿੱਥੇ ਫੱਟੜਾਂ ਦਾ ਇਲਾਜ ਕਰਾਉਣ ਦੀ ਜ਼ਿੰਮੇਵਾਰੀ ਸਰਕਾਰ ਨੇ ਚੱਕੀ ਹੈ, ਔਰ ਜਿਹੜੇ ਅਪਾਹਜ ਹੋ ਰਹੇ ਨੇ ਬੰਦੇ ਉਹਨਾਂ ਦੀ ਲਾਈਫ ਲਈ ਅੱਗੇ ਮਤਲਬ ਕੋਈ ਨਾ ਕੋਈ ਸਰਕਾਰ ਪ੍ਰਬੰਧ ਕਰੇ ਤਾਂ ਕਿ ਉਹਨਾਂ ਨੂੰ ਕਿਸੇ ਜਿਹੜੀ ਉਮਰ ਦੇ ਹਿਸਾਬ ਨਾਲ ਨੌਕਰੀ ਦੇਵੇ ਜਾਂ ਉਹਨਾਂ ਨੂੰ ਆਰਥਿਕ ਮਦਦ ਦੇਵੇ ਤਾਂ ਕਿ ਉਹ ਆਪਣੀ ਜ਼ਿੰਦਗੀ ਸੌਖੀ ਕੱਟ ਸਕਣ। ਲਾਸਟ ਸਵਾਲ ਹੈ, ਮੋਰਚਾ ਕਿਸ ਪਾਸੇ ਜਾ ਰਿਹਾ ਔਰ ਐਤਵਾਰ ਦੀ ਮੀਟਿੰਗ, ਐਤਵਾਰ ਤੱਕ ਤੁਹਾਡੇ ਵੱਲੋਂ ਕੀ ਜਿਹੜੇ ਇੱਥੇ ਲੋਕ ਆਏ ਹੋਏ ਉਹਨਾਂ ਨੂੰ ਅਪੀਲ ਹੈ ਕਿ ਇੱਥੇ ਬੈਠੇ ਰਹਿਣਾ, ਸੀਜ਼ ਫਾਇਰ ਹੋ ਗਿਆ? ਜਾਣਕਾਰੀ ਇਹ ਵੀ ਮਿਲੀ ਕਿ ਇੱਕ ਤੁਸੀਂ ਮੰਗ ਕੀਤੀ ਸੀ ਕੱਲ੍ਹ ਦੀ ਮੀਟਿੰਗ ਦੇ ਵਿੱਚ ਕੋਆਰਡੀਨੇਸ਼ਨ ਕਮੇਟੀ ਬਣਾਈ ਜਾਵੇ, ਹਰਿਆਣਾ ਦੇ ਨੁਮਾਇੰਦੇ ਵੀ ਉਸ ਦੇ ਵਿੱਚ ਹੋਣ, ਪੰਜਾਬ ਦੇ ਨੁਮਾਇੰਦੇ ਵੀ ਹੋਣ, ਆਪਸ 'ਚ ਗੱਲਬਾਤ ਕਰਨ, ਔਰ ਉਹ ਕਮੇਟੀ ਬਣ ਗਈ ਹੈ ਜਾਂ ਉਹ ਕਮੇਟੀ ਦਾ ਮਕਸਦ ਕੀ, ਕਮੇਟੀ 'ਚ ਕੌਣ ਕੌਣ ਹੋਣ? ਨਹੀਂ, ਉਹ ਅਧਿਕਾਰੀਆਂ ਨੇ ਬਣਾਉਣੀ ਹੈ, ਦੋਨਾਂ ਸਰਕਾਰਾਂ ਨੇ, ਪ੍ਰਸ਼ਾਸਕ ਨੇ ਉੱਧਰ ਉੱਧਰ ਹੀ ਬਣਾਉਣੀ ਹੈ। ਇਹ ਜ਼ਰੂਰ ਸੀਗਾ ਕਿ ਜਿਸ ਤਰੀਕੇ ਦੇ ਨਾਲ ਇੱਥੇ ਛੇੜਛਾੜ ਹੋ ਰਹੀ ਸੀਗੀ, ਕਦੇ ਫਿਰ ਸ਼ੈਲਿੰਗ ਕਰ ਦਿੱਤੀ, ਕਦੇ ਕਿਵੇਂ ਹੋ ਗਿਆ, ਉਹਨੂੰ ਕੰਟਰੋਲ ਰੱਖਣ ਦੇ ਲਈ ਤਾਂ ਸਾਡੇ ਹਰਿਆਣਾ ਪੁਲਿਸ ਅਤੇ ਪੰਜਾਬ ਪੁਲਿਸ, ਹਰਿਆਣਾ ਅਤੇ ਹਰਿਆਣੇ ਦੀ ਪ੍ਰਸ਼ਾਸਕ ਅਤੇ ਇੱਧਰਲੇ ਪ੍ਰਸ਼ਾਸਕ ਬੈਠ ਕੇ ਉਹਦੀ ਬਣਾਉਣਗੇ। ਉਹ ਪੁਲਿਸ ਲੈਣੀ ਹੈ, ਕੌਣ ਲੈਣੇ ਨੇ ਉਹ ਆਪਦੇ ਹਿਸਾਬ ਨਾਲ ਕਰਨਗੇ। ਮੰਗਾਂ ਕਿੱਥੇ ਖੜੀਆਂ ਨੇ? ਜਾਣਕਾਰੀ ਜਿਹੜੀ ਸਾਡੇ ਮਿਲ ਰਹੀ ਹੈ ਕਿ ਕੁਛ ਮੰਗਾਂ 'ਤੇ ਰਾਜ਼ੀ ਸੀ, ਲਖੀਮਪੁਰ 'ਤੇ ਰਾਜ਼ੀ ਸੀ, ਕੀਟਨਾਸ਼ਕ ਦਵਾਈਆਂ 'ਤੇ ਰਾਜ਼ੀ ਸੀ, ਬਿਜਲੀ ਸੋਧ ਐਕਟ 'ਤੇ ਰਾਜ਼ੀ ਸੀ, MSP ਨੂੰ ਲੈ ਕੇ ਉਹ ਕਹਿ ਰਹੇ ਸੀ ਕਿ ਸਾਰੇ ਦੇਸ਼ ਦੇ ਖੇਤੀਬਾੜੀ ਮੰਤਰੀ ਬੁਲਾਉਣੇ ਪੈਣਗੇ, ਉਸ ਤੋਂ ਬਾਅਦ ਸਮਾਂ ਲੱਗੇਗਾ, ਲੇਕਿਨ 15-20 ਦਿਨਾਂ 'ਚ ਕੋਡ ਆਫ ਕੰਡਕਟ ਲੱਗ ਜਾਣਾ, ਇਸ ਗੱਲ ਨੂੰ ਤੁਸੀਂ ਸਮਝੋ, ਤੁਸੀਂ ਕਿਹਾ ਤੁਸੀਂ ਸਮਾਂ ਲੈ ਲਓ ਜਿਹੜਾ ਲੈਣਾ, ਕੀ ਕਿੱਥੇ ਇਸ ਵੇਲੇ ਐਤਵਾਰ ਦੀ ਗੱਲ ਕਿੱਥੋਂ ਸ਼ੁਰੂ ਹੋਏਗੀ, ਕਿੱਥੇ ਖਤਮ ਹੋ ਸਕਦੀ ਹੈ? ਦੇਖੋ ਸਾਨੂੰ ਇਹ ਕਹਿ ਕੇ ਗਏ ਨੇ ਕਿ ਸਾਨੂੰ ਇਹ 'ਤੇ ਫਰੇਮਵਰਕ ਕਰਨਾ ਪਏਗਾ, ਫਰੇਮਵਰਕ ਕਰਕੇ ਆਵਾਂਗੇ ਅਸੀਂ। ਅੱਜ ਮੈਨੂੰ ਪਤਾ ਲੱਗਿਆ ਕਿ ਆਪਣਾ ਮੰਤਰੀ ਸਾਹਿਬਾਨਾਂ ਦੀ ਦੁਬਾਰਾ ਉੱਥੇ ਜਾ ਕੇ ਮੀਟਿੰਗ ਵੀ ਹੋਈ ਹੈ। ਹੋ ਸਕਦਾ ਇਸ ਇਸ਼ੂ ਦੇ ਉੱਤੇ ਉਹ ਵਿਚਾਰ ਚਰਚਾ ਕਰ ਰਹੇ ਹੋਣ, ਜਿਹੜਾ ਫਰੇਮਵਰਕ ਬਣਾਉਣ ਦੀ ਗੱਲ ਕਰਕੇ ਗਏ ਨੇ ਉੱਥੇ ਕੁਛ ਉਹਦੇ 'ਤੇ ਉਹਦੇ 'ਚ ਕੁਛ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋਣ, ਔਰ ਉਹ ਮੈਨੂੰ ਲੱਗਦਾ ਕਿ ਜੇਕਰ ਉਹ ਕਰਨਗੇ ਤਾਂ ਪੋਜ਼ਿਟਿਵ ਹੋਏਗਾ, ਮਾਹੌਲ ਲਈ ਪੋਜ਼ਿਟਿਵ ਹੋਏਗਾ ਔਰ ਕਿਸਾਨਾਂ ਲਈ ਇੱਕ ਵੱਡੀ ਰਾਹਤ ਮਿਲੇਗੀ ਅਗਰ ਸਰਕਾਰ MSP ਦੀ ਗਰੰਟੀ ਦਾ ਕਾਨੂੰਨ ਡਾਕਟਰ ਸਵਾਮੀ ਕਹਿ ਰਹੇ ਕਿ 15-20 ਦਿਨ ਬਚੇ ਕੋਡ ਆਫ ਕੰਡਕਟ ਨੂੰ, ਸਾਰੇ ਦੇਸ਼ ਦੇ ਖੇਤੀਬਾੜੀ ਮੰਤਰੀ ਮੈਂ ਬੁਲਾ ਨਹੀਂ ਸਕਦਾ, ਇੰਨੀ ਜਲਦੀ ਹੋ ਨਹੀਂ ਸਕਦਾ, ਤੇ ਫਿਰ ਕੀ ਕਮੇਟੀ ਤੇ ਰਾਜ਼ੀ ਹੋ ਜਾਣਗੇ ਜਾਂ ਫਿਰ ਕਾਨੂੰਨ ਤੇ ਹੀ ਰਾਜ਼ੀ ਹੋਣਾ? ਨਹੀਂ ਦੇਖੋ, ਕਮੇਟੀਆਂ ਬਣਨੀਆਂ ਕੁਛ ਹੋਰ ਚੀਜ਼ ਹੁੰਦੇ ਨੇ, ਉਹਨਾਂ ਨੇ ਪ੍ਰੋਸੈਸ ਅਡੋਪਟ ਕਰਨਾ, ਸਾਨੂੰ ਨਹੀਂ ਪਤਾ ਕਿਵੇਂ ਦਾ ਕਰਨਾ, ਉਹ ਉਹਨਾਂ 'ਤੇ ਡਿਪੈਂਡ ਆ, ਅਸੀਂ ਕਮੇਟੀਆਂ ਵਾਲੀ ਗੱਲ ਦੇ ਉੱਤੇ ਵਿਸ਼ਵਾਸ ਨਹੀਂ ਰੱਖਦੇ। ਹਾਂ, ਇਹ ਜ਼ਰੂਰ ਆ ਗੱਲ ਕਿ ਜੋ ਉਹਨਾਂ ਨੂੰ ਲੱਗਦਾ ਕਿ ਆਹ ਪ੍ਰੋਸੈਸ ਅਡੋਪਟ ਕਰਨਾ ਪਏਗਾ ਉਹ ਕਰ ਲੈਣ, ਲੇਕਿਨ ਸਾਡਾ ਪ੍ਰੋਟੈਸਟ ਆ ਜਿਹੜਾ ਉਹ ਜਾਰੀ ਰਹੇ। ਕੱਲ੍ਹ ਦੀ ਮੀਟਿੰਗ 'ਚ ਰਾਜ਼ੀ ਹੋ ਗਏ ਸੀ ਲਖੀਮਪੁਰ ਮਸਲੇ 'ਤੇ ਕਿ ਅਸੀਂ ਮੁਆਵਜ਼ਾ ਦੇ ਦਾਂਗੇ, ਰਾਜ਼ੀ ਹੋ ਗਏ ਸੀਗੇ? ਕਿਹੜੀ ਕਿਹੜੀ ਗੱਲ 'ਤੇ ਰਾਜ਼ੀ ਹੋ ਗਏ ਸੀ? ਤੁਸੀਂ ਕਿਹਾ ਕਿ ਅਨਾਊਂਸਮੈਂਟ ਕਰੋ, ਉਹ ਕਹਿੰਦੇ ਕਿ ਪਹਿਲਾਂ ਤੁਸੀਂ ਕਮਿਟਮੈਂਟ ਕਰੋ ਫਿਰ ਅਸੀਂ ਅਨਾਊਂਸਮੈਂਟ ਕਰਾਂਗੇ, ਇਸ ਤਰੀਕੇ ਦੀ ਵੀ ਗੱਲਬਾਤ ਹੋਈ ਸੀ? ਦੇਖੋ, ਜਿਹੜੀ ਮਤਲਬ ਰਾਜ਼ੀ ਹੋਣ ਵਾਲੀ ਗੱਲ ਹੈ ਉਹ ਰਾਜ਼ੀ ਤਾਂ ਪਹਿਲੇ ਦਿਨ ਤੋਂ ਹੋਏ ਹੋਏ ਨੇ। ਉਹਨਾਂ ਨੇ ਕਹਿਤਾ ਸੀਗਾ ਕਿ ਅਸੀਂ ਲਖੀਮਪੁਰ ਵਾਲੇ, ਪਹਿਲੇ ਦਿਨ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਉੱਥੇ ਸਾਡੀ ਕੋਈ ਕਮਿਟਮੈਂਟ ਨਹੀਂ ਹੋਈ, ਲੇਕਿਨ ਸਾਨੂੰ ਇਹ ਸਾਡੇ ਨਾਲ ਗੱਲ ਉਹ ਕਰਕੇ
ਥੋੜ੍ਹਾ ਜਿਹਾ ਵਧੀਆ ਕੰਮ ਇਹ ਹੋ ਗਿਆ ਵੀ ਉਹ ਸਾਨੂੰ ਇਹ ਕਹਿ ਗਏ ਕਿ ਅਗਰ ਕੋਈ ਤੁਹਾਡੇ ਕੋਲ ਪ੍ਰੂਫ ਹੱਥ ਦੇ ਦਿਓ, ਸਾਡੇ ਕੋਲ ਮਤਲਬ ਜਿਹੜੀ ਵੀਡੀਓ ਸੀ ਉਸ ਸਮੇਂ ਦੇ ਅਧਿਕਾਰੀਆਂ ਦੀ ਅਸੀਂ ਉਹਨਾਂ ਨੂੰ ਭੇਜ ਦਿੱਤੀ ਔਰ ਉਹਦੇ ਆਧਾਰ ਦੇ ਉੱਤੇ ਉਹਨਾਂ ਨੇ ਸਾਨੂੰ ਮਤਲਬ ਇਹ ਮੰਨ ਲਿਆ ਕਿ ਅਸੀਂ ਜਿਹੜੇ ਤੁਹਾਡੇ 13 ਸ਼ਹੀਦ ਆਪਣੇ ਉੱਥੇ ਇੰਜਰਡ ਹੋਏ ਨੇ ਉਹਨਾਂ ਸਾਰੇ ਦੇ ਸਾਰੇ 13 ਨੂੰ ਅਸੀਂ 10-10 ਲੱਖ ਜਿਹੜਾ ਕਮਿਟ ਕੀਤਾ ਹੈ ਉਹ ਅਸੀਂ ਦੇਵਾਂਗੇ ਔਰ ਉਹਦੇ 'ਤੇ ਉਹ ਐਗਰੀ ਹੋ ਗਏ ਸੀ। ਕੇਸਾਂ 'ਤੇ ਵੀ ਐਗਰੀ ਨੇ ਕਿ ਅਸੀਂ ਮਤਲਬ ਕੇਸ ਵਾਪਸ ਲੈਂਦੇ ਹਾਂ। ਵੱਡੀ ਮੰਗ ਆ ਖੈਰ ਇਹ ਦੋਨੋਂ ਕਿ ਲਖੀਮਪੁਰ ਉਸ ਅੰਦੋਲਨ ਦੀ ਇੱਕ ਵੱਡਿਆ ਟ੍ਰੈਜਡੀ ਸੀ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਨਸਾਫ਼ ਮਿਲਣਾ ਬਾਕੀ ਸੀ, ਲੇਕਿਨ ਹਜੇ ਵੀ ਮੈਂ ਸਮਝੂੰਗਾ ਕਿ ਲਖੀਮਪੁਰ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣ ਦੇ ਲਈ ਸਾਨੂੰ ਹਜੇ ਵੀ ਲੜਾਈ ਲੜਨ ਦੀ ਲੋੜ ਹੈ, ਕਿਉਂਕਿ ਅਜੇ ਮਿਸ਼ਰਾ ਟਹਿਣੀ ਹੈ ਜਿਹੜਾ ਉਹ ਹਜੇ ਵੀ ਉਹਨਾਂ ਦੇ ਮਤਲਬ ਸਰਕਾਰ ਦੇ ਵਿੱਚ ਬਣਿਆ ਹੋਇਆ ਹੈ, ਤਾਂ ਉਹਦੇ 'ਤੇ ਇਨਸਾਫ਼ ਲਈ ਹਜੇ ਸਾਨੂੰ ਮਤਲਬ ਸਟੈਂਡ ਲੈਣਾ। ਕਰਜ਼ ਮਾਫ਼ੀ 'ਤੇ ਕਿੱਥੇ ਕੀ ਕਹਿ ਰਹੇ ਹੋ? ਦੇਖੋ ਮੈਂ ਬੇਨਤੀ ਕਰਾਂ ਕਿ ਜਿਹੜੀ ਕਰਜ਼ ਮਾਫ਼ੀ ਦੀ ਗੱਲ ਹੈ, ਕਰਜ਼ ਮਾਫ਼ੀ ਹੈ, ਡਾਕਟਰ ਸਵਾਮੀਨਾਥਨ ਦੀ ਰਿਪੋਰਟ ਹੈ, ਔਰ ਇਹ ਜਿਹੜੇ ਆਪਾਂ ਗੱਲ ਕਰ ਰਹੇ ਹਾਂ MSP ਦੀ ਗਰੰਟੀ ਦੇ ਕਾਨੂੰਨ ਦੀ, ਇਹਨਾਂ ਤਿੰਨਾਂ ਲਈ ਉਹਨਾਂ ਨੇ ਮਤਲਬ ਫਰੇਮਵਰਕ ਵਾਸਤੇ ਸਾਡੇ ਕੋਲੋਂ ਸਮਾਂ ਮੰਗਿਆ ਸੀ ਅਤੇ ਕੱਲ੍ਹ ਨੂੰ ਮਤਲਬ ਆਪਾਂ ਜਿਹੜਾ ਆਉਣ ਵਾਲੇ ਐਤਵਾਰ ਨੂੰ ਉਹ ਮੀਟਿੰਗ ਦੇ ਵਿੱਚ ਸਾਨੂੰ ਦੱਸਣਾ। ਧੰਨਵਾਦ। ਇਸ ਵੇਲੇ ਜਗਜੀਤ ਸਿੰਘ ਡੱਲੇਵਾਲ ਨਿਊਜ਼ 18 ਤੇ ਜੁੜੇ, ਉਹਨਾਂ ਨੇ ਮੀਟਿੰਗ ਦੇ ਬਾਰੇ ਵੀ ਦੱਸਿਆ ਜਿਹੜੇ ਇਸ ਅੰਦੋਲਨ ਦੇ ਵਿੱਚ ਜਿਸ ਕਿਸਾਨ ਦੀ ਮੌਤ ਹੋਈ ਉਸ ਨੂੰ ਵੀ ਸ਼ਰਧਾਂਜਲੀ ਜਿਹੜੀ ਇੱਥੇ ਸ਼ੰਭੂ ਬਾਰਡਰ ਦੇ ਉੱਤੇ ਦਿੱਤੀ ਗਈ ਹੈ। ਕੱਲ੍ਹ ਅੰਤਿਮ ਸੰਸਕਾਰ ਜਿਹੜਾ ਹੋਏਗਾ।